15 ਅਗਸਤ ਅਤੇ ਅੰਮ੍ਰਿਤਸਰ ਗੋਲਡਨ ਗੇਟ ਵਿਖੇ ACP ਪਲਵਿੰਦਰ ਸੰਧੂ ਦੇ ਵੱਲੋਂ ਕੀਤੀ ਜਾ ਰਹੀ ਸਪੈਸ਼ਲ ਚੈਕਿੰਗ ਦੇ ਦੌਰਾਨ ਉਦੋਂ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਤਰਨ ਤਾਰਨ ਸ਼ਹਿਰ ਤੋਂ ਆ ਰਹੀ PB-10AQ 77 ਲੈਂਸਰ ਗੱਡੀ ਅੰਮ੍ਰਿਤਸਰ ਸ਼ਹਿਰ ਦੇ ਵਿਚ ਦਾਖਲ ਹੋ ਰਹੀ ਸੀ ਤਾਂ ਨਾਕੇ ਦੇ ਉੱਤੇ ਇਸ ਗੱਡੀ ਦੀ ਚੈਕਿੰਗ ਦੇ ਦੌਰਾਨ ਗੱਡੀ ਦੇ ਵਿਚੋਂ ਮੌਕੇ ਦੇ ਉੱਤੇ ਇਕ ਦੇਸੀ ਪਿਸਟਲ 30 ਬੋਰ, ਇਕ ਰਿਵਾਲਵਰ 32 ਬੋਰ, 6 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਨੇ। ਗੱਡੀ ਦੇ ਵਿਚ ਸਵਾਰ ਇਨ੍ਹਾਂ ਚਾਰੇ ਵਿਅਕਤੀਆਂ ਦੀ ਪਹਿਚਾਣ ਜਗਸੀਰ ਸਿੰਘ ਵਾਸੀ ਮਕਾਨ ਨੰਬਰ 128 ਨਿਊ ਗੋਲਡਨ ਐਵੀਨਿਊ ਮਾਲ ਮੰਡੀ ਅੰਮ੍ਰਿਤਸਰ, ਉਮਰ 32 ਸਾਲ, ਤਰਨਵੀਰ ਸਿੰਘ ਵਾਸੀ ਪਿੰਡ ਕੋਟ ਬਾਬਾ ਬੁੱਢਾ ਤਹਿਸੀਲ ਪੱਟੀ ਥਾਣਾ ਸਦਰ ਜ਼ਿਲ੍ਹਾ ਤਰਨ ਤਾਰਨ, ਉਮਰ 32 ਸਾਲ, ਗੁਰਪ੍ਰੀਤ ਸਿੰਘ ਵਾਸੀ ਪੱਤੀ ਪੁੱਲੇ ਵਾਲੀ ਪਿੰਡ ਸਰਹਾਲੀ ਜ਼ਿਲ੍ਹਾ ਤਰਨ ਤਾਰਨ, ਉਮਰ 19 ਸਾਲ, ਇਕਬਾਲ ਸਿੰਘ ਵਾਸੀ ਪਿੰਡ ਖਾਰਾ ਥਾਣਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਦੇ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 129 ਮਿਤੀ 14/8/2018 ਨੂੰ ਜੁਰਮ ਧਾਰਾ 25-52-58 ਅਸਲਾ ਐਕਟ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਸਨਮਾਨਯੋਗ CP ਸਾਹਿਬ ਅੰਮ੍ਰਿਤਸਰ ਦੀਆਂ ਹਦਾਇਤਾਂ ਦੇ ਮੁਤਾਬਕ 15 ਅਗਸਤ ਦੇ ਸੰਬੰਧ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਕਮੇਟੀ 14/8 ਨੂੰ ਗੋਲਡਨ ਗੇਟ ਜਲੰਧਰ ਬਾਈਪਾਸ ਤੋਂ ਅੰਦਰ ਆਉਂਦੇ ਉੱਥੇ ਸਾਡੀ CA ਇੰਚਾਰਜ ਰਵਿੰਦਰ ਸਿੰਘ ਅਤੇ ਅਥਾਰਟੀ ਦਾ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਇੱਕ ਲਾਰੈਂਸ ਗੱਡੀ ਆਈ ਜਿਸ 'ਚ 4 ਨੌਜਵਾਨ ਸਵਾਰ ਸੀਗੇ, ਜਿਹੜੀ ਕਾਰ ਨੂੰ ਅਸੀਂ ਸਿਫਾਰਸ਼ ਕੀਤੀ ਤਾਂ ਉਹਦੇ 'ਚੋਂ ਇੱਕ 32 ਬੋਰ ਦਾ ਰਿਵਾਲਵਰ ਵਿਦ 6 ਕਾਰਤੂਸ ਕੋਟੇ, ਇੱਕ ਦੇਸੀ 30 ਬੋਰ ਦਾ ਜਿਹੜਾ ਪਿਸਟਲ ਹੈਗਾ ਉਹ ਬਰਾਮਦ ਕੀਤਾ ਗਿਆ ਅਤੇ ਜਿਹੜੇ ਬੰਦਿਆਂ ਦੀ ਪਹਿਚਾਣ ਕੀਤੀ ਗਈ ਜਗਸੀਰ ਸਿੰਘ ਜੱਸ ਪੁੱਤਰ ਇਸ਼ਪਾਲ ਸਿੰਘ ਗੋਲਡਨ ਐਵੀਨਿਊ ਅੰਮ੍ਰਿਤਸਰ ਤੋਂ, ਤਰਨਵੀਰ ਸਿੰਘ ਤਰਨ ਪਿੰਡ ਕੋਟ ਬਾਬਾ ਬੁੱਢਾ ਤਹਿਸੀਲ ਪੱਟੀ ਤੋਂ, ਗੁਰਭੇਜ ਸਿੰਘ ਪੁਰੇਵਾਲ ਪਿੰਡ ਸਰਹਾਲੀ ਤੋਂ ਅਤੇ ਇਕਬਾਲ ਸਿੰਘ ਖਾਰਾ ਥਾਣਾ ਸਰਹਾਲੀ ਤਰਨ ਤਾਰਨ ਤੋਂ, ਜਿਨ੍ਹਾਂ ਦੀ ਸ਼ਨਾਖਤ ਹੋਈ ਅਤੇ ਜਿਨ੍ਹਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਨੰਬਰ 129-25-59 ਥਾਣਾ PS ਸੁਲਤਾਨਵਿੰਡ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਦੋਸ਼ੀ ਪੁਲਿਸ ਮਾਮਲਿਆਂ ਦੇ ਦੇਖਿਆ ਜਾ ਹੋਰ ਦੇਖਦੇ ਹਾਂ ਵੀ ਇਹਨਾਂ ਦੇ ਕੀ ਲਿੰਕਸ ਹੈਗੇ ਆ ਅਤੇ ਕਿੱਥੋਂ ਇਹ ਵੈਪਨ ਲੈ ਕੇ ਆਏ ਆ, ਜਿਹਦੀ ਇਨਵੈਸਟੀਗੇਸ਼ਨ ਜਾਰੀ ਹੈ। ਇਹਦੇ ਦੌਰਾਨ ਹੀ 15 ਤਰੀਕ ਨੂੰ ਅਸੀਂ NDPSF ਦੀ ਜਿਹੜੀ ਨਸ਼ੇ ਪ੍ਰਤੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਵੀ ਸਾਨੂੰ ਇੱਕ ਬੜੀ ਕਾਮਯਾਬੀ ਮਿਲੀ, ਜਿਸ 'ਚ ਮੋਖਾ ਹਸਪਤਾਲ ਦੇ ਡਾਕਟਰ MD ਮੈਡੀਸਨ ਡਾਕਟਰ ਅਸ਼ਨੀ ਅਰੋੜਾ, ਕੁਸ਼ਲ ਮਹਿਤਾ ਜਿਹੜਾ ਇੱਕ ਆਮ ਬੰਦਾ ਹੈਗਾ, ਪਲੱਸ ਤੀਜਾ ਜਿਹਦੇ ਕੋਲ ਉਹ ਨਸ਼ੇ ਦੀਆਂ ਗੋਲੀਆਂ ਲੈਂਦੇ ਸੀ, ਉਹ ਨਵੀਨ ਅਰੋੜਾ ਪੁੱਤਰ ਚਮਨ ਅਰੋੜਾ ਵਾਸੀ ਗਲੀ ਕੰਧਾਰੀਆਂ ਨਮਕ ਮੰਡੀ ਅੰਮ੍ਰਿਤਸਰ, ਜਿਹੜਾ ਪਹਿਲਾਂ RM ਮੈਡੀਕੋਸ ਦੇ ਨਾਂ ਉੱਤੇ ਮੈਡੀਕਲ ਸਟੋਰ ਚੱਲਦਾ ਹੈ, ਉਹਨਾਂ ਪਾਸੋਂ ਅਸੀਂ 13,000 ਕੈਪਸੂਲ ਅਤੇ 2,500 ਗੋਲੀ ਜਿਹੜੀ ਹੈ ਨਸ਼ੀਲੀ ਬਰਾਮਦ ਕੀਤੀ ਅਤੇ ਜਿਨ੍ਹਾਂ ਦੇ ਖਿਲਾਫ਼ ਤਿੰਨਾਂ ਦੇ ਵੀ ਕੇਸਿਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਥਾਣਾ ਏਰੀਆ ਕੇਸਿਸ ਕੀਤਾ ਗਿਆ। ਸਰ ਜਿਹੜੀ 14 ਤਰੀਕ ਦਾ ਇੱਕ ਵਾਰੀ ਹੈ, ਅਸੀਂ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਕਿਉਂਕਿ ਉਹਨਾਂ ਕੋਲ ਨਜਾਇਜ਼ ਵੈਪਨ ਹੈਗਾ ਉਹ ਕਈ ਵਾਰਦਾਤ ਨੂੰ ਇਲਜ਼ਾਮ ਦੇ ਸਕਦੇ ਸੀ, ਅਸੀਂ ਉਹਨੂੰ ਕਈ ਪੁਆਇੰਟ ਆਫ ਵਿਊ ਨਾਲ ਦੇਖਦੇ ਹਾਂ, ਉਹ ਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪੀਰੀਅਡ ਹੈਗਾ, ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਉਹ ਅਸੀਂ ਡਿਸਕਲੋਜ਼ ਨਹੀਂ ਦੇ ਸਕਦੇ। ਸਾਰੇ ਅਧਿਕਾਰੀਆਂ ਆਮ ਮੁੰਡੇ ਨੇ ਕੋਈ ਖਾਸ ਕਾਰੋਬਾਰ ਨਹੀਂ ਕਰ।
ਜਿਹੜੇ ਜਿਹੜੇ ਮੈਡੀਕਲ ਸਟੋਰ ਵਾਲੇ ਆ ਉਹ ਤੁਹਾਨੂੰ ਦੱਸਿਆ ਉਹਦੇ ਭਰਾ ਦੇ ਪਹਿਲਾਂ ਵੀ ਕੇਸਿਸ ਚੱਲਿਆ। ਡਾਕਟਰ ਜਿਹੜਾ ਐਮ ਡੀ ਮੈਡੀਸਨ ਹੈਗਾ ਮੋਖਾ ਹਾਸਪਿਟਲ ਬਟਾਲਾ ਰੋਡ ਦੇ ਉੱਤੇ ਆ, ਉਹਦੇ 'ਚ ਲੱਗਾ ਹੈ। ਇਹਦੇ 'ਤੇ ਵੀ ਪਹਿਲਾਂ ਦੋ ਕੇਸਿਸ ਆਲਰੇਡੀ ਹੈਗੇ ਆ, ਇੱਕ 2017 ਅਤੇ ਇੱਕ 2010 ਹੈਗਾ। 2017 ਕੈਪਸੂਲ ਹੈ, 2500 ਗੋਲੀ ਆ, 2500 ਗੋਲੀ ਸਰ। ਇਹ ਵਾਈਟਲ ਵਾਲੇ ਆਪਸ 'ਚ ਰਿਸ਼ਤੇਦਾਰੀ ਹੈ ਯਾਰੀ ਦੋਸਤੀ? ਨਹੀਂ ਯਾਰੀ ਦੋਸਤੀ। ਕਿੰਨੀ ਦੇਰ ਤੋਂ ਸਰ ਇਕੱਠੇ ਹੈਗੇ ਜੀ? ਕਾਫੀ ਦੇਰ ਤੋਂ ਇਕੱਠੇ ਨਹੀਂ, ਕਾਫੀ ਦੇਰ ਤੋਂ ਇਕੱਠੇ। ਇਹਨਾਂ ਦਾ ਕੋਈ ਝਗੜਾ ਵੀ ਸੀਗਾ ਲੁਧਿਆਣੇ, ਉੱਥੇ ਵੀ ਉੱਧਰ ਜਾ ਕੇ ਆਏ ਨੇ। ਇਹਨਾਂ ਦੇ ਵੀਡੀਓ ਜਿਹੜੀ ਹੈਗੀ ਆ ਆਪਣੇ ਮੋਬਾਈਲ 'ਚ ਬਣਾਈ ਹੋਈ ਹੈ, ਜਿਸ 'ਚ ਗਾਲਾਂ ਕੱਢਦੇ ਜਾ ਰਹੇ ਨੇ, ਅੱਗੇ ਵੈਪਨ ਰੱਖੇ ਹੋਏ ਨੇ ਕਾਰ ਡੈਸ਼ਬੋਰਡ ਦੇ ਉੱਤੇ। ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅਨਸਰ ਹੁੰਦੇ ਉਹਨਾਂ ਨੂੰ ਆਪਣੇ ਕੋਲ ਆਪਣੇ ਐਂਗਲ ਨਾਲ ਦੇਖਦੀ ਹੈ, ਉਹ ਤਫਤੀਸ਼ ਦਾ ਇੱਕ ਪਾਰਟ ਹੈ ਜਿਹਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਸ਼ ਪੁੰਜ ਦੀ ਰਿਪੋਰਟ।